ਅਸੀਂ ਉਹਨੂੰ ਘਰੋਂ ਬਾਹਰ ਕੱਢ ਕੇ ਜੁੱਤੀਆਂ ਮਾਰੀਏ। ਉਹਨੇ ਇਹੋ ਜਿਹਾ ਕੰਮ ਕੀਤਾ ਸ਼ਨੀ ਦੇਵ, ਜੇ ਵਾਕਈ ਉਸ ਕੰਜਰ ਦੀ ਕੁੰਡਲੀ ਦੇ ਵਿੱਚ ਸ਼ਨੀ ਦੇਵ ਬੈਠ ਗਏ ਨਾ ਤਾਂ ਉਹਨੂੰ ਪਤਾ ਲੱਗ ਜੂਗਾ। ਕਰਮ ਫਲ ਦਾਤਾ ਕਿਹਾ ਜਾਂਦਾ ਸ਼ਨੀ ਦੇਵ ਮਹਾਰਾਜ ਨੂੰ, ਜੇ ਉਹਨਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ ਤੇ ਹੋਰ ਕਿਹਦੇ ਨਾਲ ਹੋਣਾ? ਚੋਰੀ ਉਹ ਤੇ ਛੱਡ ਦਿਓ। ਸਾਨੂੰ ਤਾਂ ਇੱਦਾਂ ਲੱਗਿਆ ਵੀ ਅਸੀਂ ਕੰਪਲੇਂਟ ਗੁਰਮਾਨ ਮਾਨ ਦੀ ਨਹੀਂ ਦੇ ਰਹੇ, ਅਸੀਂ SHO ਦੀ ਕੰਪਲੇਂਟ ਦੇ ਰਹੇ। ਇੰਨਾ ਦੁੱਖ ਹੋ ਗਿਆ ਉਹਨੂੰ, ਕਹਿੰਦਾ ਬਾਹਰ ਭੱਜੋ ਇੱਥੋਂ। ਕਮਾਲ ਦੀ ਗੱਲ ਹੈ ਯਾਰ, ਕਹਿੰਦੇ ਤੁਸੀਂ ਬਾਹਰ ਚਲੋ, ਤੁਹਾਡਾ ਤਾਂ ਰੋਜ਼ ਦਾ ਕੰਮ ਹੈ। ਹਾਂਜੀ ਮੈਂ, ਕੋਈ ਗੱਲ ਨਹੀਂ ਜੀ, ਕਹਿੰਦੇ ਸੜਕਾਂ ਤੇ ਬੈਠੋ, ਤੁਹਾਡੇ ਵਾਸਤੇ ਸੜਕਾਂ ਬਣੀਆਂ ਨੇ। ਫਿਰ ਸਾਨੂੰ ਇਹ ਸੜਕ ਠੀਕ ਲੱਗੀ, ਅਸੀਂ ਇੱਥੇ ਆ ਕੇ ਬੈਠ ਗਏ। ਜੇ ਆ ਜੋ ਸਿੰਗਰ ਨੂੰ ਪਤਾ ਲੱਗੇਗਾ ਕਿ ਇੱਕ ਕੰਪਲੇਂਟ ਦੇਣਗੇ ਉਹਨਾਂ ਨੂੰ ਧੱਕੇ ਮਾਰੇ ਪੁਲਿਸ ਨੇ, ਉਹ ਤਾਂ ਹੌਸਲਾ ਹੋਰ ਬੁਲੰਦ ਹੋਊਗਾ। ਉਹ ਤਾਂ ਹੱਸਦਾ ਹੋਣਾ ਉੱਥੇ ਬੈਠਾ ਕਿ ਵੀ ਮੇਰੇ ਤੇ ਕਾਰਵਾਈ ਕੀ ਹੋ ਰਹੀ ਹੈ, ਇਹਨਾਂ ਦਾ ਧੱਕੇ ਪੈ ਰਿਹਾ। ਇਹ ਫਿਰ ਕੀ ਗੇਮ ਚੱਲਦੀ ਹੈ? ਤੁਸੀਂ ਸਿੰਗਰਾਂ ਦੇ ਉੱਤੇ ਕਾਰਵਾਈ ਕਰਾਉਂਦੇ ਹੋ, ਬਾਅਦ 295 ਲਵਾਉਂਦੇ ਹੋ, ਫਿਰ ਸੈਟਿੰਗਾਂ ਹੋ ਜਾਂਦੀਆਂ, ਮਾਫੀਨਾਮਾ ਕਰਾ ਲੈਂਦੇ ਹੋ, ਫਿਰ ਕਿਉਂ ਨਹੀਂ ਆਪਣਾ ਪੱਖ ਸਹੀ ਰੱਖਦੇ ਹੋ ਕਿ ਮਾਫੀਨਾਮਾ ਦੇਣਾ ਹੀ ਨਹੀਂਗਾ? ਜਦੋਂ ਵੀ ਖਬਰ ਚੱਲਦੀ, ਤੁਹਾਡੀ ਖਬਰ ਚੱਲਦੀ, ਤੁਹਾਨੂੰ ਨੈਗੇਟਿਵ ਕਮੈਂਟ ਕਿਉਂ ਆਉਂਦੇ ਨੇ ਤੁਹਾਡੇ ਵਾਸਤੇ? ਜਿਹੜੇ ਲੋਕ, ਜਿਹੜੇ ਹਿੰਦੂ ਵੀ ਬੈਠੇ, ਸਨਾਤਨ ਧਰਮ ਵਾਲੇ ਵੀ ਲੋਕ ਬੈਠੇ, ਉਹ ਪੋਜ਼ਿਟਿਵ ਕਮੈਂਟ ਕਿਉਂ ਨਹੀਂ ਲਿਖਦੇ ਤੁਹਾਨੂੰ? ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਇੱਕ ਸਿੰਗਰ ਵੱਲੋਂ ਗਾਣਾ ਗਾਇਆ ਗਿਆ ਸੀ, ਗਾਣੇ ਦੇ ਵਿੱਚ ਸ਼ਨੀ ਤਾਂ ਮੈਂ ਡਾਬੇ 'ਚ ਰੱਖਦਾ, ਐਸੇ ਬੋਲ ਬੋਲੇ ਗਏ ਸੀਗੇ। ਸ਼ਨੀ ਮਹਾਰਾਜ ਤਾਂ ਪੂਜੇ ਜਾਂਦੇ ਨੇ, ਲੇਕਿਨ ਸ਼ਨੀ ਮਹਾਰਾਜ ਅਨਿਆਏ ਜਿਹੜੇ ਉਹ ਦਿੰਦੇ ਨੇ, ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹ ਤਮਾਮ ਹਿੰਦੂ ਸੰਗਠਨ ਆ ਜਿਹੜੇ ਅੱਜ ਥਾਣਾ ਡਿਵੀਜ਼ਨ ਨੰਬਰ 7 ਦੇ ਬਾਹਰ ਬਹਿ ਗਏ ਨੇ, ਕੀ ਮਾਮਲਾ ਉਹ ਵੀ ਪੁੱਛਾਂਗੇ। ਲੇਕਿਨ ਉਹ ਸਿੰਗਰ ਦੇ ਉੱਤੇ ਕਾਰਵਾਈ ਹੋਈ ਹੈ ਕਿ ਨਹੀਂ ਹੋਈ, ਲੈਟਰ ਦਿੱਤੀ ਹੈ ਕਿ ਨਹੀਂ ਦਿੱਤੇ? ਜਤਿੰਦਰ ਗੋਰੀ ਨਾਲ ਗੱਲ ਕਰਦੇ, ਜਤਿੰਦਰ SC ਮੋਰਚੇ ਦੇ ਪ੍ਰਧਾਨ ਵੀ ਹੋ, ਕੀ ਲੱਗਦਾ ਕਿ ਉਹ ਸਿੰਗਰਾਂ ਨੂੰ ਕੌਣ ਜ਼ਿਆਦਾ ਅੱਗੇ ਵਧਾਉਂਦਾ, ਕਿ ਸੰਗਠਨਾਂ ਨੂੰ, ਹਿੰਦੂ ਸੰਗਠਨ ਜਾਂ ਹਿੰਦੂਆਂ ਦੀ ਭਾਵਨਾ ਠੇਸ ਪਹੁੰਚਾਉਣਾ, ਕਿ ਪਬਲਿਸਿਟੀ ਲੈਣਾ ਹੋ ਗਿਆ ਸਿੰਗਰਾਂ ਦੇ ਹੱਥਾਂ 'ਚ? ਮੈਨੂੰ ਤਾਂ ਇਹ ਲੱਗਦਾ ਜੀ, ਜਿੱਦਾਂ ਸਾਡੇ ਲੋਕ ਹੀ ਜਾਗ ਨਹੀਂ ਨਾ ਰਹੇ, ਪਹਿਲਾਂ ਤਾਂ ਉਹਨਾਂ ਨੂੰ ਜਾਗਣਾ ਪਵੇਗਾ। ਇਹ ਕੰਪਲੇਂਟਾਂ ਬਾਅਦ ਦੀਆਂ ਗੱਲਾਂ ਨੇ, ਜੇ ਅੱਜ ਸਾਡਾ ਵਾਕਈ ਜਿਹੜਾ ਸਨਾਤਨੀ ਧਰਮ ਜਿਹੜਾ ਬਿਲਕੁਲ ਮਜ਼ਬੂਤ ਹੋ ਜਾਏ ਔਰ ਸਾਰੀਆਂ ਜਾਤਾਂ ਇਕੱਠੀਆਂ ਹੋ ਜਾਣ ਅਤੇ ਅਸੀਂ ਉਹਨੂੰ ਘਰੋਂ ਬਾਹਰ ਕੱਢ ਕੇ ਜੁੱਤੀਆਂ ਮਾਰੀਏ। ਉਹਨੇ ਇਹੋ ਜਿਹਾ ਕੰਮ ਕੀਤਾ ਸ਼ਨੀ ਦੇਵ, ਜੇ ਵਾਕਈ ਉਸ ਕੰਜਰ ਦੀ ਕੁੰਡਲੀ ਦੇ ਵਿੱਚ ਸ਼ਨੀ ਦੇਵ ਬੈਠ ਗਏ ਨਾ ਤਾਂ ਉਹਨੂੰ ਪਤਾ ਲੱਗ ਜੂਗਾ ਵੀ ਕਿਹਦੇ ਤੂੰ ਪੰਗਾ ਲੈ ਰਹੇ, ਕਿਹੜੇ ਸ਼ਨੀ ਦੇਵ ਬਾਰੇ ਇੰਨਾ ਨੌਲੇਜ ਨਹੀਂ ਹੈਗੀ ਲੱਗਦਾ। ਨਹੀਂ ਜੀ, ਬਿਲਕੁਲ ਨੌਲੇਜ ਹੋਊਗੀ। ਮੈਂ ਕਹਿੰਦਾ ਮੁਕੇਸ਼ ਜੀ ਮੰਦਿਰ ਦੇ ਵਿੱਚ ਬੈਠਦੇ ਨੇ, ਅੱਜ ਸ਼ਨੀਵਾਰ ਹੈ, ਜੇ ਅਸੀਂ ਇੱਥੋਂ ਫ੍ਰੀ ਹੋ ਜਾਂਦੇ ਹਾਂ, ਸ਼ਾਇਦ ਤੁਸੀਂ ਫ੍ਰੀ ਨਾ ਹੋ ਪਾਈਏ, ਲੇਕਿਨ ਅਸੀਂ ਫ੍ਰੀ ਹਾਂ ਤੁਹਾਨੂੰ ਮੈਂ ਸ਼ਾਮ ਨੂੰ ਦਿਖਾਵਾਂਗਾ। ਜਿੰਨਾ ਕੁ ਹਿੰਦੂ ਭਾਈਚਾਰਾ ਜਾਂਦਾ ਉੱਥੇ ਉਨਾ ਕੁ ਸਿੱਖ ਭਾਈਚਾਰਾ ਵੀ ਜਾਂਦਾ। ਜਿਹੜੇ ਚੰਗੇ ਸਿੱਖ ਨੇ ਉਹ ਨਤਮਸਤਕ ਹੁੰਦੇ ਨੇ ਜਾ ਕੇ, ਉਹ ਇਹਨਾਂ ਵਰਗੇ ਬੇਵਕੂਫ ਵਾਲੀ ਗੱਲ ਨਹੀਂ ਕਰਦੇ। ਇਹ ਤਾਂ ਜੁੱਤੀਆਂ ਖਾਣ ਵਾਲੇ ਕੰਮ ਕੀਤੇ ਆ। ਉਸ ਤੋਂ ਬਾਅਦ ਜਦੋਂ ਜਦੋਂ ਅਸੀਂ SHO ਆਏ ਤਾਂ ਸਾਨੂੰ SHO ਦਾ ਜੋ ਰਵੱਈਆ ਲੱਗਿਆ, ਸਾਨੂੰ ਤਾਂ ਇੱਦਾਂ ਲੱਗਿਆ ਵੀ ਅਸੀਂ ਕੰਪਲੇਂਟ ਗੁਰਮਾਨ ਮਾਨ ਦੀ ਨਹੀਂ ਦੇ ਰਹੇ, ਅਸੀਂ SHO ਦੀ ਕੰਪਲੇਂਟ ਦੇ ਰਹੇ ਹਾਂ। ਇੰਨਾ ਦੁੱਖ ਹੋ ਗਿਆ ਉਹਨੂੰ, ਕਹਿੰਦਾ ਬਾਹਰ ਭੱਜੋ ਇੱਥੋਂ। ਕਮਾਲ ਦੀ ਗੱਲ ਹੈ ਯਾਰ। ਚਲੋ ਅਸੀਂ ਵੀ ਸਤਿਕਾਰ ਕਰਦੇ ਹਾਂ, ਹਰੇਕ ਧਰਮ ਦਾ, ਹਰੇਕ ਜਾਤ ਦਾ ਸਤਿਕਾਰ ਕਰਦੇ ਹਾਂ, ਲੇਕਿਨ ਉਹਨੂੰ ਤਾਂ ਦੁੱਖੀ, ਮੈਨੂੰ ਤਾਂ ਐਂ ਲੱਗਦਾ ਹੈ ਵੀ ਕਿਤੇ ਉਹਦਾ ਰਿਸ਼ਤੇਦਾਰ ਤਾਂ ਨਹੀਂ ਹੈਗਾ ਉਹ, ਜਿਸ ਹਿਸਾਬ ਦੀ ਉਹਦੀ ਵੈਲਡਿੰਗ ਸੀ SHO ਦੀ। ਨਹੀਂ ਨਾ, ਤੁਸੀਂ ਲੈਟਰ ਦਿੱਤੀ, ਕੀ ਗੱਲ ਕੀ ਹੋ ਗਈ ਅੱਗੇ? ਲੈਟਰ ਦਿੱਤੀ ਜੀ, SHO ਸਾਹਿਬ ਆਏ, ਬੜੇ ਫੋਨ ਕੀਤੇ ਸੀ SHO ਸਾਹਿਬ ਨੂੰ, SHO ਸਾਹਿਬ ਨੇ ਕੋਈ ਫੋਨ ਸਾਡਾ ਚੱਕਿਆ ਹੀ ਨਹੀਂ। ਜਦੋਂ ਅਸੀਂ SHO ਸਾਹਿਬ ਨੂੰ ਕਿਹਾ ਵੀ ਸਰ ਤੁਸੀਂ ਸਾਡਾ ਫੋਨ ਨਹੀਂ ਚੱਕ ਰਹੇ, ਕਹਿੰਦੇ ਤੁਸੀਂ ਬਾਹਰ ਚਲੋ, ਤੁਹਾਡਾ ਤਾਂ ਰੋਜ਼ ਦਾ ਕੰਮ ਹੈ। ਹਾਂਜੀ ਮੈਂ, ਕੋਈ ਗੱਲ ਨਹੀਂ ਜੀ, ਕਹਿੰਦੇ ਸੜਕਾਂ 'ਤੇ ਬੈਠੋ, ਤੁਹਾਡੇ ਵਾਸਤੇ ਸੜਕਾਂ ਬਣੀਆਂ ਨੇ, ਫਿਰ ਸਾਨੂੰ ਇਹ ਸੜਕ ਠੀਕ ਲੱਗੀ, ਅਸੀਂ ਇੱਥੇ ਆ ਕੇ ਬੈਠ ਗਏ। ਬਿਲਕੁਲ ਜੀ, ਬਿਲਕੁਲ ਉਹਨਾਂ ਨੇ ਕਹੇ ਆ ਜੀ, ਉਹਨਾਂ ਨੇ ਬਿਲਕੁਲ ਕਹਿੰਦੇ ਸੜਕਾਂ 'ਤੇ ਬੈਠੋ। ਮੈਂ ਕਿਹਾ ਠੀਕ ਹੈ ਜੀ, ਫਿਰ ਅਸੀਂ SHO ਦੀ ਗੱਲ ਮੰਨ ਲਈਏ ਕਿ SHO ਚਲੋ ਇੱਕ ਕਾਨੂੰਨ ਦੇ ਹੈਗੇ ਉਰੇ, SHO 'ਤੇ ਉਹਨਾਂ ਦੀ ਗੱਲ ਮੰਨ ਕੇ ਅਸੀਂ ਬੈਠੇ ਹਾਂ। ਕਾਰਵਾਈ ਕੀ ਕਹਿ ਗਏ ਫਿਰ? ਕਾਰਵਾਈ ਬਾਰੇ ਕੁਛ ਨਹੀਂ ਜੀ, ਕਾਰਵਾਈ ਕੁਛ ਨਹੀਂ, ਸਮਝੇ ਕੁਛ ਨਹੀਂ। ਉਹ ਕਹਿੰਦੇ ਜਾਓ, ਮਤਲਬ ਧਰਮ ਨੂੰ ਤਾਂ ਕੁਛ ਸਮਝੇ ਨਹੀਂ ਜਾ ਰਿਹਾ ਨਾ ਵੀ ਹਿੰਦੂ ਲੋਕ ਆ ਕੇ ਭਜਾ ਦਿਓ ਜਿੱਦਾਂ ਮਰਜ਼ੀ, ਬਿਨਾਂ ਦੇ ਮਗਰ ਕੌਣ ਆਊਗਾ? ਉਹਨਾਂ ਦਾ ਭੁਲੇਖਾ, ਹੁਣ ਭੁਲੇਖਾ ਕੱਢਾਂਗੇ, ਹੁਣ ਦਿਖਾਵਾਂਗੇ ਇਹਨਾਂ ਨੂੰ, ਇੱਥੇ ਬੈਠੇ ਆ। ਕਿੰਨੀ ਦੇਰ ਪਹਿਲੇ ਦੇਣਗੇ ਸੀ ਮੈਮੋਰੈਂਡਮ? ਹੁਣੇ ਅੱਧੇ ਘੰਟੇ ਦੀ ਗੱਲ ਹੈ ਜੀ, ਅੱਧੇ ਘੰਟੇ ਦੀ ਗੱਲ ਹੈ। ਉਸ ਟਾਈਮ ਅਸੀਂ ਸਿਰਫ 5-10 ਸਾਥੀ ਸੀਗੇ, ਤਾਂ ਇਹਨਾਂ ਦਿਮਾਗ ਖਰਾਬ ਹੋਇਆ, ਅਸੀਂ ਫੋਨ ਨਹੀਂ ਕਿਸੇ ਨੂੰ ਕੀਤਾ, ਸਾਡੇ ਦੋਨੇ ਤਿੰਨਾਂ ਦੇ ਫੋਨਾਂ ਤੋਂ ਲਾਈਵ ਵੀ ਪਏ ਆ ਅਤੇ ਸਾਰੇ ਸਾਥੀ ਉਰੇ ਪਹੁੰਚ ਗਏ ਨੇ। ਤੁਸੀਂ ਪਹੁੰਚ ਗਏ, ਸਾਰੇ ਪੱਤਰਕਾਰ ਬੜਾ ਧੰਨਵਾਦ ਹੈ ਸਾਰਿਆਂ ਦਾ। ਇਹਨਾਂ ਨੂੰ ਪਤਾ ਲੱਗ ਜੂਗਾ ਹਿੰਦੂ ਜਾਗ ਰਿਹਾ, ਜਗਾ ਕੇ ਉੱਠਾਂਗੇ।
ਲੇਕਿਨ ਇੱਕ ਸ਼ਿਵ ਸੈਨਾ ਦਾ ਇੱਕ ਹੋਰ ਛੋਟਾ ਜਿਹਾ ਛੋਟੀ ਉਮਰ ਦਾ ਬੱਚਾ ਸੀਗਾ ਜਿਹੜਾ ਕਰਕੇ ਜੀ, ਉਹਦੇ ਕਰਕੇ ਹੀ ਅਸੀਂ ਜਾਗੇ ਹਾਂ। ਜਦੋਂ ਉਸ ਉਹ ਮੁੰਡਾ ਤੁਹਾਡੇ ਚੈਨਲ 'ਤੇ ਵੀ ਰੋ ਰਿਹਾ ਸੀ ਵਿਚਾਰਾ, ਉਹ ਕਹਿ ਰਿਹਾ ਸੀ ਕਿਸੇ ਅਧਿਕਾਰੀ ਨੇ ਉਹਨੂੰ ਇੰਨੀ ਗੱਲ ਕਹਿ ਦਿੱਤੀ ਵੀ ਤੂੰ ਭਾਈ ਕੀ ਕਹਿੰਦੇ ਤੂੰ ਪੜ੍ਹ ਲਿਖ ਲੈ ਯਾਰ, ਪੜ੍ਹ ਲਿਖ ਪੜ੍ਹਾਵਾਂ ਲਿਖਾਵਾਂਗੇ ਅਸੀਂ ਯਾਰ, ਤੂੰ ਪੜ੍ਹਾਏਗਾ ਹੈਂ। ਜਿਹੜਾ ਵੀ ਅਧਿਕਾਰੀ ਜਿਹਨੇ ਵੀ ਕਿਹਾ, ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਕਿੰਨੇ ਕੁ ਬੱਚਿਆਂ ਨੂੰ ਪੜ੍ਹਾਤਾ, ਤੁਸੀਂ ਕਦੇ ਸੋਚਿਆ ਅੱਜ ਤੱਕ ਜੇ ਕਿਸੇ 'ਤੇ ਕਾਰਵਾਈ ਕਰਨੀ ਹੁੰਦੀ ਹੈ ਝੂਠੀ ਵੀ ਕਾਰਵਾਈ ਤੁਸੀਂ ਕਰ ਦਿੰਦੇ ਹੋ, ਉਦੋਂ ਤੁਸੀਂ ਸੋਚਦੇ ਨਹੀਂ ਬੱਚਾ ਕਾਲਜ ਦਾ ਆਇਆ ਜਾਂ ਉਹਦਾ ਵਪਾਰ ਖਰਾਬ ਹੋ ਰਿਹਾ, ਉਦੋਂ ਤਾਂ ਸੋਚਦੇ ਨਹੀਂ ਕਿ ਇੱਕ ਤਾਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ, ਅਰੇ ਉਹਨੂੰ ਸੈਟੀਸਫਾਈ ਕਰੋ। ਲੇਕਿਨ ਬੱਚੇ ਨੇ ਆ ਵੀ ਕਿਤੇ ਨਾ ਕਿਤੇ ਗੱਲ ਸਹੀ ਕੀਤੀ ਸੀ ਕਿ ਸਨਾਤਨ ਧਰਮ ਜਾਗ ਜੋ, ਲੇਕਿਨ ਤੁਸੀਂ ਜਾਗਦੇ ਥੋੜ੍ਹੀ ਨਾ ਹੋ, ਤੁਸੀਂ ਤਾਂ ਆਪਣੇ 'ਚ ਹੀ ਮਸਤ ਰਹਿੰਦੇ ਹੋ, ਚਾਰ ਗੁੱਟ ਤੁਹਾਡੇ ਉੱਧਰ ਰਹਿੰਦੇ, ਚਾਰ ਗੁੱਟ ਇੱਧਰ ਰਹਿੰਦੇ, ਚਾਰ ਗੁੱਟ ਇੱਧਰ ਰਹਿੰਦੇ ਨੇ, ਲੇਕਿਨ ਉਹ ਬੱਚਾ ਵੀ ਤਾਂ ਸਹੀ ਬੋਲ ਪਿਆ। ਦੇਖੋ ਜੀ ਗੁੱਟ ਤਾਂ ਜ਼ਰੂਰ ਰਹਿੰਦੇ ਨੇ, ਲੇਕਿਨ ਹੁਣ ਗੁੱਟ ਹੀ ਤੋੜਾਂਗੇ, ਗੁੱਟ ਉਹਦਾ ਤੋੜਾਂਗੇ ਜਿਹੜਾ ਬਕਵਾਸ ਕਰੂਗਾ। ਸਾਨੂੰ ਜਦੋਂ ਵੀ ਪਤਾ ਲੱਗਦਾ ਵਿਸ਼ਾਲ ਜੀ ਵੀ ਸਾਡੇ ਧਰਮ ਦੀ ਬੇਇੱਜ਼ਤੀ ਹੋ ਰਹੀ ਹੈ, ਜੇ ਕਿਸੇ ਸੰਗਠਨ ਨੇ ਆਵਾਜ਼ ਚੱਕ ਲਈ ਫਿਰ ਅਸੀਂ ਰੋਲਾ ਨਹੀਂ ਪਾਉਂਦੇ, ਠੀਕ ਹੈ ਤੂੰ ਕਰ, ਅਸੀਂ ਤੇਰੇ ਨਾਲ ਆ ਰਹੇ ਹਾਂ, ਤੇਰੀ ਸਪੋਰਟ ਦੇ ਵਿੱਚ ਖੜੇ ਹਾਂ। ਹੁਣ ਸਾਨੂੰ ਲੱਗਿਆ ਵੀ ਉਹ ਬੱਚੇ ਦੀ ਵਿਚਾਰ ਦੀ ਨਹੀਂ ਸੁਣਵਾਈ ਹੋ ਰਹੀ, ਅਸੀਂ ਨਾਲ ਲੱਗ ਗਏ ਉਹਦੇ, ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਾ ਕੇ ਲਾਂਗੇ, ਸਾਨੂੰ ਇਹ ਸੀ ਵੀ ਉਹਦੀ ਵਿਚਾਰ ਦੀ ਕੰਪਲੇਂਟ 'ਤੇ ਕਾਰਵਾਈ ਹੋ ਜਾਏਗੀ, ਕੋਈ ਗੱਲ ਨਹੀਂ, ਕਾਰਵਾਈ ਹੋਣੀ ਚਾਹੀਦੀ ਹੈ, ਬੰਦਾ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ, ਹਰੇਕ ਬੰਦਾ ਰੌਲਾ ਪਾਵੇ ਕੋਈ ਜ਼ਰੂਰੀ ਨਹੀਂ ਹੈ। ਲੇਕਿਨ ਸਾਨੂੰ ਮਜਬੂਰ ਹੋਣਾ ਪਿਆ ਜਦੋਂ ਸਾਨੂੰ ਪਤਾ ਲੱਗਿਆ ਵੀ ਉਸ ਬੱਚੇ ਨੂੰ ਬਿਲਕੁਲ ਬੱਚਾ ਹੀ ਸਮਝਿਆ ਜਾ ਰਿਹਾ, ਤਾਂ ਕੋਈ ਗੱਲ ਨਹੀਂ ਫਿਰ ਹੁਣ ਸਾਨੂੰ ਮਿਲਣ, ਅਸੀਂ ਦੇਖਾਂਗੇ ਅਸੀਂ ਕਾਰਵਾਈ ਕਰਾ ਕੇ ਉੱਠਾਂਗੇ। ਤੁਸੀਂ ਬੀਜੇਪੀ ਤੋਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ ਦੇਖਣਾ ਕੀ ਹੈ ਜੀ, ਅਸੀਂ ਇੱਥੇ ਬੈਠੇ ਹਾਂ ਅੱਜ, ਅਸੀਂ ਇੱਕ ਬੜੇ ਹੀ ਸ਼ਾਂਤੀਪੂਰਵਕ ਢੰਗ ਨਾਲ ਇੱਕ ਲੈਟਰ ਲਿਖੀ, ਕੰਪਲੇਂਟ ਲਿਖੀ, ਅਸੀਂ ਉਸ ਘਟੀਆ ਆਦਮੀ ਗੁਰਮਾਨ ਜਿਹੜਾ ਗੁਰਮਨ ਹੈਗਾ ਸਿੰਗਰ, ਕਿ ਵੀ ਉਹਨੇ ਜੋ ਅਭਦਰ ਭਾਸ਼ਾ ਇੰਨੀ ਘਟੀਆ ਸ਼ਬਦਾਵਲੀ ਯੂਜ਼ ਕੀਤੀ ਹੈ ਗਾਣੇ ਦੇ ਵਿੱਚ ਸ਼ਨੀ ਦੇ ਬਾਰੇ, ਵੀ ਅਸੀਂ ਉਹ ਦੇਣਗੇ। ਅਤੇ ਐਸ ਐਚ ਓ ਸਾਹਿਬ ਦਾ ਰਵੱਈਆ ਇਹ ਸੀਗਾ ਕਿ ਕਹਿੰਦੇ ਵੀ ਤੁਸੀਂ ਇੱਥੇ ਆਏ ਕਾਹਦੇ ਵਾਸਤੇ ਹੋ, ਤੁਸੀਂ ਨਿਕਲੋ ਬਾਹਰ, ਤੁਹਾਡੇ ਲਈ ਸੜਕਾਂ ਬਣੀਆਂ ਉੱਥੇ ਬੈਠੋ, ਚਲੋ ਬਾਹਰ ਚੱਲੋ, ਬਾਹਰ ਚੱਲੋ, ਦਰਵਾਜ਼ੇ ਬੰਦ ਕਰਕੇ ਸਾਨੂੰ ਬਾਹਰ ਕੱਢਤਾ। ਅਤੇ ਇੱਕ ਉੱਧਰ ਮੀਡੀਆ ਵਾਲਾ ਸਾਥੀ ਖੜਾ ਸੀਗਾ, ਉਹਦਾ ਵੀ ਮੋਬਾਈਲ ਖੋਲਿਆ, ਤੂੰ ਵੀਡੀਓ ਬਣਾਈ ਜਾਂਦਾ, ਮੋਬਾਈਲ ਰੱਖ ਇੱਧਰ, ਉਹ ਵੀ ਰਿਕਾਰਡਡ ਹੈ। ਕੀ ਇਹ ਪ੍ਰਸ਼ਾਸਨ ਦਾ ਸਾਥ ਹੈ? ਅਸੀਂ ਕਿਹਦੇ ਕੋਲ ਆਈਏ? ਜੇ ਸਾਡੇ ਨਾਲ ਹੀ ਇਹ ਵਿਤਕਰਾ ਕਰਨਗੇ, ਇਹ ਵਿਵਹਾਰ ਕਰਨਗੇ, ਤੇ ਫਿਰ ਆਮ ਜਨਤਾ ਦਾ ਕੰਮ ਕਿੱਦਾਂ ਹੋਊਗਾ? ਇਹ ਤਾਂ ਬਦਲਾਵ ਦੇਖ ਲਓ ਜੀ ਕਿੱਦਾਂ ਦਾ ਹੈਗਾ। ਹੋਰ ਵੀ ਗਾਣੇ ਕੱਢਣਗੇ? ਬਿਲਕੁਲ ਕੱਢਣਗੇ ਜੀ, ਉਹਨਾਂ ਨੂੰ ਹੌਸਲਾ ਹੀ ਹੌਸਲਾ ਅਫਜ਼ਾਈ ਕਰ ਰਹੇ ਨੇ। ਜੇ ਅੱਜ ਉਹ ਸਿੰਗਰ ਨੂੰ ਪਤਾ ਲੱਗੇਗਾ ਕਿ ਇੱਕ ਕੰਪਲੇਂਟ ਦੇਣਗੇ, ਉਹਨਾਂ ਨੂੰ ਧੱਕੇ ਮਾਰੇ ਪੁਲਿਸ ਨੇ, ਉਹ ਤਾਂ ਹੌਸਲਾ ਹੋਰ ਬੁਲੰਦ ਹੋਊਗਾ। ਉਹ ਤਾਂ ਹੱਸਦਾ ਹੋਣਾ ਉੱਤੇ ਬੈਠਾ ਕਿ ਵੀ ਮੇਰੇ 'ਤੇ ਕਾਰਵਾਈ ਕੀ ਹੋ ਰਹੀ, ਇਹਨਾਂ ਦਾ ਧੱਕੇ ਪੈ ਰਹੇ ਆ। ਸਾਡੇ ਇੱਕ ਸਾਥੀ ਦਾ ਮਜ਼ਾਕ ਉਡਾਇਆ, ਸ਼ਿਵ ਸੈਨਾ ਦਾ ਸਾਥੀ ਇੱਕ, ਵੀ ਮੈਂ ਦੇਖਿਆ ਉਹਨੂੰ ਟੀ ਵੀ 'ਤੇ, ਮੋਬਾਈਲ 'ਤੇ, ਸੋਸ਼ਲ ਮੀਡੀਆ 'ਤੇ ਕਿ ਤੂੰ ਬੱਚਾ ਬੱਚੇ ਵਾਲੇ ਕੰਮ ਕਰ। ਯਾਰ ਬੱਚੇ ਬੱਚੇ ਦਾ ਕੋਈ ਧਰਮ ਨਹੀਂ, ਬੱਚੇ ਨੂੰ ਠੇਸ ਨਹੀਂ ਪਹੁੰਚਦੀ, ਬੱਚੇ ਦਾ ਦਿਲ ਨਹੀਂ ਹੈਗਾ, ਬੱਚੇ ਦੀ ਭਾਵਨਾ ਨਹੀਂ, ਜਾਂ ਇਹਦੀ ਵੀ ਉਮਰ ਹੈ ਕਿ ਇਸ ਉਮਰ ਤੱਕ ਬੱਚਾ ਕਿਸੇ ਪਰਮਾਤਮਾ ਨਾਲ ਜਾਂ ਰੱਬ ਦਾ ਨਾਂ ਨਹੀਂ ਲੈ ਸਕਦਾ, ਵੀ ਇੰਨੀ ਉਮਰ ਤੋਂ ਬਾਅਦ ਲਏਗਾ? ਦੱਸੋ ਮਤਲਬ ਵੀ ਛੋਟੀ ਉਮਰ ਦੇ ਬੱਚੇ ਖੜੇ, ਕੋਈ ਵੀ ਖੜ ਸਕਦਾ ਹੈ ਜੀ, ਜਾਂ ਛੋਟੇ ਬੱਚੇ ਦੀ ਕੰਪਲੇਂਟ ਨਹੀਂ ਲਿਖ ਸਕਦਾ, ਜਾਂ ਬੱਚਾ ਕੰਪਲੇਂਟ ਨਹੀਂ ਦੇ ਸਕਦਾ? ਇਹ ਦੇਖੋ ਪ੍ਰਸ਼ਾਸਨ ਨੇ ਸਾਨੂੰ ਸਮਝਾਇਆ ਕਿ ਵੀ ਇਹ ਇਕੱਲੇ ਨੇ, ਇੱਥੇ ਬੈਠੇ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਸਾਰੇ ਧਰਮ ਦੇ ਪਿਆਰ ਕਰਨ ਵਾਲੇ ਲੋਕਾਂ ਨੂੰ ਵੀ ਇਹ ਮੈਂ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਮੀਡੀਆ ਰਾਹੀਂ ਕਿ ਵੀ ਸਾਰੇ ਧਰਮਾਂ ਦਾ ਸਾਥ ਦਿਓ, ਕਿ ਜਿਹੜੇ ਵੀ ਬੰਦੇ ਕਿਸੇ ਧਰਮ ਬਾਰੇ ਗਲਤ ਟਿੱਪਣੀ ਕਰਦੇ, ਗਲਤ ਗਾਣੇ ਕੱਢਦੇ ਆ, ਅਤੇ ਉਹ ਇਹੋ ਜਿਹੀ ਜ਼ਰੂਰਤ ਹੀ ਨਾ ਕਰਨ, ਉਹਨਾਂ ਦੇ ਦਿਮਾਗ 'ਚ ਗੱਲ ਹੀ ਨਾ ਆਵੇ, ਕਿਉਂਕਿ ਇਹ ਗਾਣਾ ਅਪਲੋਡ ਹੋ ਗਿਆ, ਇਹਦੇ 'ਚ ਕੋਈ ਗਲਤੀ ਨਹੀਂ ਹੈ, ਇਹ ਲਿਖਿਆ ਵੀ ਹੋਣਾ, ਰਿਕਾਰਡ ਵੀ ਹੋਇਆ ਹੋਣਾ, 50 ਵਾਰੀ ਸੁਣਿਆ ਵੀ ਹੋਣਾ, ਫਿਰ ਅਪਲੋਡ ਕਰ ਰਹੇ ਆ, ਔਰ ਉਹਦੇ ਥੱਲੇ ਸ਼ੇਅਰ ਕਰ ਰਹੇ ਨੇ, ਲੋਕ ਕਮੈਂਟ ਕਰ ਰਹੇ ਨੇ, ਉਹਨਾਂ 'ਤੇ ਵੀ ਕਾਰਵਾਈ ਕਰਨੀ ਹੈ। ਅੱਜ ਅਸੀਂ ਐਸ ਐਚ ਓ 'ਤੇ ਵੀ ਕਾਰਵਾਈ ਕਰਾ ਕੇ ਹਟਾਂਗੇ। ਜਦੋਂ ਵੀ ਖਬਰ ਚੱਲਦੀ, ਤੁਹਾਡੀ ਖਬਰ ਚੱਲਦੀ, ਤੁਹਾਨੂੰ ਨੈਗੇਟਿਵ ਕਮੈਂਟ ਕਿਉਂ ਆਉਂਦੇ ਨੇ? ਤੁਹਾਡੇ ਵਾਸਤੇ ਜਿਹੜੇ ਲੋਕ ਜਿਹੜੇ ਹਿੰਦੂ ਵੀ ਬੈਠੇ ਨੇ, ਸਨਾਤਨ ਧਰਮ ਵਾਲੇ ਵੀ ਲੋਕ ਬੈਠੇ, ਉਹ ਪੋਜ਼ਿਟਿਵ ਕਮੈਂਟ ਕਿਉਂ ਨਹੀਂ ਲਿਖਦੇ ਤੁਹਾਨੂੰ? ਕਿਉਂ ਨਹੀਂ ਉਹ ਚਾਹੁੰਦੇ ਕਿ ਹਾਂ ਵੀ ਆਪਾਂ ਵੀ ਧਰਮ ਦੀ ਸਾਂਝ ਦੇਈਏ, ਧਰਮ ਦੇ ਲਈ ਇਕੱਠੇ ਹੋਈਏ, ਮੁੱਠੀ ਬੰਦ ਹੋਈਏ, ਕਿਉਂ ਨਹੀਂ ਇੱਦਾਂ ਦਾ ਨਾਰੇ ਲੱਗਦੇ ਉੱਥੇ? ਦੇਖੋ ਜੀ, ਅਵੇਅਰਨੈਸ ਦੀ ਬਹੁਤ ਕਮੀ ਕਹਿ ਲਓ ਜਾਂ ਕੁਛ ਵੀ ਕਹਿ ਲਓ, ਅੱਜ ਮੈਂ ਮਾਫ਼ੀ ਚਾਹੁੰਦਾ ਇਹ ਸ਼ਬਦ ਯੂਜ਼ ਕਰ ਰਿਹਾ, ਕਿਉਂਕਿ ਮੈਂ ਅੱਜ ਬੈਠਾ ਅਤੇ ਮੇਰਾ ਮਨ ਬਹੁਤ ਦੁਖੀ ਹੈ।
ਕਿ ਵੀ ਅੱਜ ਇੱਕ ਯਾਤਰਾ ਕੋਈ ਕੱਢਦੇ ਆ ਉਹ ਵੀ ਧਰਮ ਦਾ ਕੰਮ ਹੈ, ਹਜ਼ਾਰਾਂ ਲੋਕ ਇਕੱਠੇ ਹੁੰਦੇ ਆ, ਅੱਜ ਇੱਕ ਵਿਦ ਪ੍ਰੂਫ ਨਾਲ ਅਸੀਂ ਕਿਸੇ ਦੀ ਕੰਪਲੇਂਟ ਕਰਨ ਆਏ ਹਾਂ, ਧਰਮ ਦੇ ਠੇਸ ਪਹੁੰਚੀ ਸਾਡੇ, ਅਤੇ ਉਹਦੇ ਲਈ ਕੌਣ ਹੈ, ਕੌਣ ਆਉਂਦੇ ਆ ਦੱਸੋ? ਸਾਰੇ ਕਾਰੋਬਾਰ 'ਚ ਬਿਜ਼ੀ ਹੈਗੇ ਆ, ਸਾਰੇ ਉੱਠੇ ਆ ਕਿ ਸਾਡਾ ਕਾਰੋਬਾਰ ਨਹੀਂ, ਅਸੀਂ ਬੈਠੇ ਹਾਂ ਇੱਥੇ। ਅਤੇ ਜਿਹੜੇ ਕਮੈਂਟ ਦੀ ਗੱਲ ਕਰ ਰਹੇ ਹੋ, ਇਹ ਸਾਰਿਆਂ ਦੀ ਮਾਨਸਿਕਤਾ ਹੈ, ਜਿਹਦੀ ਮਾਨਸਿਕਤਾ ਗਲਤ ਹੈ ਅਤੇ ਉਹਨੇ ਗਲਤੀ ਬੋਲਣਾ ਅਤੇ ਗਲਤੀ ਸੋਚਣਾ, ਅਤੇ ਸਾਡੇ 'ਤੇ ਵੀ ਕੱਲ੍ਹ ਨੂੰ ਐਲੀਗੇਸ਼ਨ ਲਾ ਦੇਣਗੇ। ਪਰ ਇੱਦਾਂ ਦੀ ਗੱਲ ਨਹੀਂ, ਅਸੀਂ ਆਪਣੇ ਧਰਮ ਨਾਲ ਪਿਆਰ ਕਰਦੇ ਹਾਂ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਇੱਥੇ ਬੈਠੇ ਹਾਂ। ਭਾਈ ਜੀ, ਮੈਂ ਤੁਹਾਨੂੰ ਉੱਥੇ ਗੱਲ ਕਹਾਂ, ਕਈ ਸਿੰਗਰਾਂ 'ਤੇ ਤੁਸੀਂ 295 ਲਗਾਈ ਵੀ ਹੈ, ਬਾਅਦ ਸੈਟਿੰਗਾਂ ਵੀ ਹੋ ਜਾਂਦੀਆਂ, ਬਾਅਦ ਸਲਾਹਾਂ ਵੀ ਹੋ ਜਾਂਦੀਆਂ, ਕਿ ਇਹ ਫਿਰ ਇਹ ਕੀ ਗੇਮ ਚੱਲਦੀ ਹੈ? ਤੁਸੀਂ ਸਿੰਗਰਾਂ ਦੇ ਉੱਤੇ ਕਾਰਵਾਈ ਕਰਾਉਂਦੇ ਹੋ, ਬਾਅਦ 295 ਲਵਾਉਂਦੇ ਹੋ, ਫਿਰ ਸੈਟਿੰਗਾਂ ਹੋ ਜਾਂਦੀਆਂ, ਮਾਫ਼ੀਨਾਮਾ ਕਰਾ ਲੈਂਦੇ ਹੋ, ਫਿਰ ਕਿਉਂ ਨਹੀਂ ਆਪਣਾ ਪੱਖ ਸਹੀ ਰੱਖਦੇ ਹੋ ਕਿ ਮਾਫ਼ੀਨਾਮਾ ਦੇਣਾ ਹੀ ਨਹੀਂ ਗਾ? ਕਿ ਮੈਂ ਇਸ ਤੁਹਾਡੇ ਕੁਐਸਚਨ 'ਤੇ ਕੋਈ ਜਵਾਬ ਦੇਣਾ ਠੀਕ ਨਹੀਂ ਸਮਝਦਾ, ਕਿਉਂਕਿ ਉਹਨਾਂ ਦਾ ਵਿਚਾਰ ਹੈ ਕੀ ਹੈ, ਮੇਰੀ ਭਾਵਨਾ ਉਹ ਹਿੰਦੂ ਨਹੀਂ ਗਈ, ਭਾਵਨਾ ਕਪੂਰ ਸਾਹਿਬ, ਮੇਰੀ ਭਾਵਨਾ ਠੇਸ ਪਹੁੰਚੀ ਹੈ, ਮੈਂ ਅੱਜ ਇੰਡੀਪੈਂਡੈਂਟ ਆਪਣੀ ਸੋਚ ਨਾਲ ਇੱਥੇ ਬੈਠਾ, ਮੈਂ ਕਿਸੇ ਸੰਗਠਨ ਦੇ ਕਰਕੇ ਨਹੀਂ ਬੈਠਾ, ਮੈਂ ਕਿਸੇ ਕਰਕੇ ਨਹੀਂ ਬੈਠਾ, ਚਾਹੇ ਮੈਨੂੰ ਇਕੱਲੇ ਨੂੰ ਵੀ ਧਰਨਾ ਦੇਣਾ ਪਵੇ ਮੈਂ ਦਊਂਗਾ, ਮੈਂ ਪਰਚਾ ਦਰਜ ਕਰਾਉਣ ਦੀ ਮੇਰੀ ਮੰਗ ਹੈ, ਮੈਂ ਪਰਚਾ ਦਰਜ ਕਰਾ ਕੇ ਉੱਠੂੰਗਾ। ਜੇ ਸਾਡਾ ਸਾਥੀ ਜਾਂ ਅਸੀਂ ਕੱਲ੍ਹ ਨੂੰ ਕੋਈ ਇਹੋ ਜਿਹਾ ਕੋਈ ਅਪਰਾਧ ਕਰਦੇ ਹਾਂ ਤਾਂ ਜੁੱਤੀ ਹੋਊਗੀ, ਸਿਰ ਸਾਡਾ ਹੋਊਗਾ। ਦੇਖੋ ਜੀ, ਜੇ ਉਹਨਾਂ ਦੀ ਗਲਤੀ ਹੈ ਤਾਂ ਉਹਨਾਂ ਨੂੰ ਪਰਮਾਤਮਾ ਆਪ ਦੇਖੇਗਾ, ਸਾਡਾ ਕੋਈ ਅਸੀਂ ਉਹਨਾਂ ਦੇ ਬਾਰੇ ਗੱਲ ਨਹੀਂ ਕਰਨਾ ਹੈ। ਜੇ ਉਹਨਾਂ ਨੇ ਗਲਤ ਕੀਤਾ ਤਾਂ ਉਹ ਭੁਗਤੇ, ਸਾਡਾ ਜਿਹੜੇ ਅਸੀਂ ਉਰੇ ਬੈਠੇ ਹਾਂ, ਸਾਡਾ ਦੱਸੋ ਜੇ ਕੋਈ ਅਸੀਂ ਇਹੋ ਜਿਹਾ ਅੱਜ ਤੱਕ ਕਿਸੇ ਨੂੰ ਕੋਈ ਮਾਫ਼ੀ ਦਿੱਤੀ ਹੋਵੇ, ਠੀਕ ਹੈ, ਜੇ ਸਾਡੇ ਵੱਲੋਂ ਪਰਚਾ ਦੋ ਜੂਗਾ ਤਾਂ ਉਹਦੀ ਕਾਰਵਾਈ ਹੋਊਗੀ ਪੂਰੀ ਠੋਕ ਕੇ। ਸ਼ਨੀ ਮਹਾਰਾਜ ਦੇ ਇਤਿਹਾਸ ਕੀ ਹੈ? ਤੁਸੀਂ ਸ਼ਨੀ ਮਹਾਰਾਜ ਦੇ ਮੰਦਰ ਦੇ ਪ੍ਰਬੰਧਕ ਵੀ ਹੋ, ਕੀ ਇਤਿਹਾਸ ਹੈ? ਸ਼ਨੀਦੇਵ ਮਹਾਰਾਜ ਦਾ ਇਤਿਹਾਸ ਆ ਕਿ ਉਹ ਨਿਆਂ ਦੇਵਤਾ ਨੇ, ਸਾਰੇ ਦੇਵੀ ਦੇਵਤਾ ਨੇ ਉਹਨੂੰ ਸਭ ਤੋਂ ਵੱਡੀ ਉਪਾਧੀ ਦਿੱਤੀ ਹੈ ਕਿ ਤੁਸੀਂ ਨਿਆਂ ਦੇ ਦੇਵਤਾ ਹੋ, ਕਿ ਜਿਹੜਾ ਇਨਸਾਨ ਗਲਤ ਕਰਦਾ ਉਹਨੂੰ ਉਹਦੀ ਕਰਮ ਫਲ ਦਿੱਤਾ ਜਾਊਗਾ। ਅੱਜ ਸਾਨੂੰ ਇੱਦਾਂ ਲੱਗਿਆ ਕਿ ਅਸੀਂ ਸ਼ਾਂਤੀਪੂਰਵਕ ਇਸ ਥਾਣੇ ਵਿੱਚ ਆਏ ਹਾਂ ਕਿ ਆਪਣਾ ਲੈਟਰ ਦਿੱਤਾ ਆਪਣੇ ਕੰਪਲੇਂਟ ਦਾ, ਉਸ ਬੰਦੇ 'ਤੇ ਕਾਰਵਾਈ ਕੀਤੀ ਜਾਵੇ, ਪਰ SHO ਸਾਹਿਬ ਆ ਕੇ ਇੱਦਾਂ ਸਾਡੇ ਪਿੱਛੇ ਪੈ ਗਏ ਕਿ ਜਿਵੇਂ ਅਸੀਂ ਉਹਨਾਂ ਦੇ ਖਿਲਾਫ਼ ਕੰਪਲੇਂਟ ਦਿੱਤੀ ਹੁੰਦੀ ਹੈ, ਸਾਨੂੰ ਧੱਕੇ ਮਾਰ ਲੱਗ ਗਏ, ਸਾਡੇ ਮੀਡੀਆ ਕਰਮੀ ਦਾ ਫੋਨ ਖੋਲਿਆ ਉਹਨਾਂ ਨੇ, ਅਤੇ ਸਾਨੂੰ ਲੱਗਦਾ ਇਹ ਥਾਣਾ ਹੁਣ ਸਿਰਫ ਆਮ ਆਦਮੀ ਪਾਰਟੀ ਦੇ ਲੀਡਰਾਂ ਜੋਗਾ ਰਹਿ ਗਿਆ, ਆਮ ਇਨਸਾਨਾਂ ਲਈ ਨਹੀਂ ਹੈਗਾ, ਧਾਰਮਿਕ ਸੰਗਠਨਾਂ ਲਈ ਨਹੀਂ ਹੈਗਾ, ਇਹ ਥਾਣਾ ਇੱਥੇ ਲਿਖ ਦੇਣਾ ਚਾਹੀਦਾ ਕਿ ਇਹਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੇ ਬੰਦੇ ਹੀ ਪ੍ਰਵੇਸ਼ ਕਰਨਗੇ, ਆਮ ਜਨਤਾ ਆਏਗੀ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਏਗਾ। ਧਰਨਾ ਕਿੰਨੀ ਦੇਰ ਤੱਕ ਬਰਕਰਾਰ ਰੱਖੋਗੇ? ਇੱਥੇ ਬੈਠੇ ਜੀ, FIR ਹੋ ਜਾਏ ਜਾਂ ਸਾਡੇ 'ਤੇ FIR ਹੋ ਜਾਏ, ਜਾਂ ਤਾਂ ਸਾਨੂੰ ਸਰਕਾਰ ਗੋਲੀ ਮਾਰ ਦੇਵੇ ਅਤੇ ਜਾਂ ਉਹਦੇ 'ਤੇ ਕਾਰਵਾਈ ਕਰ ਦੇਵੇ, ਪਰ ਮੈਂ ਇੱਥੇ ਬੈਠਾ। ਡਿਲੀਟ ਕੀਤਾ ਕਿ ਉਹਨੂੰ ਸ਼ਰਮ ਸੀਗੀ ਬੰਦੇ ਨੂੰ ਯਾਰ, ਅਸੀਂ ਦਾਣੇ ਤੋਂ ਕਰਾਉਣਾ ਕਿ ਇਹ ਤਾਂ ਕਾਰਵਾਈ ਕਰਾਉਣੀ, ਬੰਦਾ ਅੰਦਰ ਦਿਓ, ਸਾਰੀ ਕੰਮ ਟੀਮ ਦਿਓ, ਨਹੀਂ ਤਾਂ ਸਾਨੂੰ ਸਰਕਾਰ ਗੋਲੀ ਮਾਰੇ, ਅਸੀਂ ਤਿਆਰ ਬੈਠੇ ਹਾਂ, ਜਾਂ ਸਰਕਾਰ ਗੋਲੀ ਮਾਰੂਗੀ ਮੈਨੂੰ ਅਤੇ ਜਾਂ ਮੈਂ ਸਰਕਾਰ ਦੇ ਸਿਰ ਚੜ੍ਹ ਕੇ ਆਪ ਮਾਰੂੰਗਾ ਇੱਥੇ। ਉਹਦਾ ਜ਼ਿੰਮੇਵਾਰ ਸਰਕਾਰ ਪ੍ਰਸ਼ਾਸਨ ਹੋਊਗੀ ਇੱਥੋਂ ਦੀ, ਜਿਨ੍ਹਾਂ ਨੇ ਸਾਡੀ ਸ਼ਾਂਤੀਪੂਰਵਕ ਕਾਰਵਾਈ ਨਹੀਂ ਕੀਤੀ। ਸਾਫ਼ ਹੀ ਕਹਿ ਰਿਹਾ ਜੇ ਮੇਰੇ ਪ੍ਰਭੂ ਦੀ ਬੇਅਦਬੀ ਹੋ ਰਹੀ ਹੈ, ਸਾਡੀ ਸੁਣਵਾਈ ਨਹੀਂ ਹੋ ਰਹੀ, ਤਾਂ ਮੇਰਾ ਮਰਨਾ ਹੀ ਜਾਇਜ਼ ਹੈ ਇੱਥੇ, ਔਰ ਮੇਰੇ ਮਰਨ ਦਾ ਕਾਰਨ ਇੱਥੋਂ ਦਾ SHO ਹੋਣਾ ਹੈ, ਠੀਕ ਹੈ, ਕਿ ਜਿਹਨੇ ਸਾਡੀ ਬੇਅਦਬੀ ਦੀ ਕੰਪਲੇਂਟ ਲਿਖ ਦੇਖਣ ਦੀ ਵਜ੍ਹਾ ਸਾਨੂੰ ਧੱਕੇ ਮਾਰੇ ਆ, ਸਾਡੇ ਧਰਮ ਨੂੰ ਆਹੜ ਕੀਤਾ ਉਹਨੇ। ਬਿਲਕੁਲ, ਤੁਹਾਨੂੰ ਦੱਸ ਦਈਏ, ਇੱਕ ਪੰਜਾਬੀ ਸਿੰਗਰ ਵੱਲੋਂ ਇੱਕ ਗਾਣਾ ਗਾਇਆ ਗਿਆ ਸੀ, ਗਾਣੇ ਦੇ ਬੋਲ ਤੁਸੀਂ ਸੁਣੇ ਵੀ ਹੈ ਕਿ ਸ਼ਨੀ ਤਾਂ ਮੈਂ ਡਾਬੇ 'ਚ ਰੱਖਦਾ, ਅਤੇ ਲੇਕਿਨ ਸਤਨਮ ਬਥਾਣੇ ਦੇ ਬਾਹਰ ਜਿਹੜੇ ਨੇ ਹਿੰਦੂ ਸੰਗਠਨ ਜਿਹੜੇ ਪਹੁੰਚੇ ਸੀਗੇ BJP ਤੋਂ ਨੇ, ਮੰਦਰ ਪ੍ਰਬੰਧਕ ਸ਼ਨੀਦੇਵ ਜੋ ਤਾਜਪੁਰ ਰੋਡ 'ਤੇ ਮੰਦਰ ਹੈਗਾ ਉਹਦੇ ਪ੍ਰਬੰਧਕ ਇੱਥੇ ਮੌਜੂਦ ਹੈਗੇ ਨੇ, ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਆਰੋਪ ਲਗਾਏ ਨੇ ਕਿ ਜਦੋਂ ਅਸੀਂ ਮੈਮੋਰੈਂਡਮ ਦੇਣ ਆਏ ਸੀਗੇ SHO ਸਾਹਿਬ ਨੇ ਸਾਡੇ ਨਾਲ ਵਤੀਰਾ ਗਲਤ ਕੀਤਾ, ਲੇਕਿਨ SHO ਸਾਹਿਬ ਨੂੰ ਵੀ ਪੁੱਛਾਂਗੇ ਕਿ ਮਾਮਲਾ ਕੀ ਸੀਗਾ, ਮੈਮੋਰੈਂਡਮ ਜੋ ਦੇਣ ਆਏ ਸੀਗੇ ਕੀ ਗੱਲਬਾਤ ਹੋਈ ਹੈ। ਤੁਹਾਨੂੰ ਦੱਸ ਦਈਏ, ਬਾਹਰ ਸੰਗਠਨ ਨੇ ਧਰਨਾ ਲਗਾਇਆ, ਹਿੰਦੂ ਸੰਗਠਨ BJP ਵੀ ਹੈ ਵਿੱਚ ਹੈ, ਵਿੱਚ ਸ਼ਨੀ ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਨਾ ਵੀ ਹੈ, ਲੇਕਿਨ ਉਹਨਾਂ ਨੇ ਜੋ ਆਰੋਪ ਲਗਾਏ SHO ਸਾਹਿਬ ਦੇ ਉੱਤੇ ਕਿ ਸਾਨੂੰ ਅਸੀਂ ਮੈਮੋਰੈਂਡਮ ਦੇਣਗੇ ਤਾਂ ਸਾਨੂੰ ਬਾਹਰ ਕੱਢ ਦਿੱਤਾ ਗਿਆ, ਲੇਕਿਨ SHO ਸਾਹਿਬ ਨਾਲ ਗੱਲ ਕਰਦੇ ਹਾਂ, ਸਰ ਕੀ ਪੂਰਾ ਮਾਮਲਾ ਕੀ ਸੀ ਜਦੋਂ ਮੈਮੋਰੈਂਡਮ ਦੇਣਾ, ਕੀ ਗੱਲ ਹੋਈ ਸੀਗੀ? ਇੱਕ ਹਿੰਦੂ ਸੰਗਠਨ ਦੇ ਨਾਮ ਦੇ ਉੱਤੇ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈਗੀ ਸਾਡੇ ਕੋਲ ਵੀ
ਕਿਸੇ ਕਲਾਕਾਰ ਵੱਲੋਂ ਜਿਹੜਾ ਹੈਗਾ ਕੋਈ ਗਾਣਾ ਗਾਇਆ ਗਿਆ, ਜਿਸ ਕਰਕੇ ਜਿਹੜਾ ਹੈਗਾ ਇਹਨਾਂ ਦੀਆਂ ਧਾਰਮਿਕ ਭਾਵਨਾ ਨੂੰ ਕਹਿੰਦੇ ਸਾਡੇ ਠੇਸ ਪਹੁੰਚੀ ਆ, ਉਹ ਅਸੀਂ ਦਰਖਾਸਤ ਇਹਨਾਂ ਦੀ ਲੈ ਲਈ ਹੈਗੀ ਆ, ਪੜਤਾਲ ਕਰ ਰਹੇ ਹਾਂ, ਔਨ ਮੈਰਿਟ ਵੇਖਾਂਗੇ, ਜੋ ਵੀ ਕਾਰਵਾਈ ਬਣਦੀ ਹੋਏਗੀ ਅਸੀਂ ਔਨ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ। ਇਹ ਰੋਪ ਬਾਹਰ ਕਿਉਂ ਲਗਾ ਰਹੇ ਕਿ ਅਸੀਂ ਕੰਪਲੇਂਟ ਦਿੱਤੀ ਨਹੀਂ, ਸਾਡੀ ਹੋਰ ਸਾਨੂੰ ਚੱਕਰਾਂ 'ਚ ਪਾਈ ਰੱਖਿਆ, ਸਾਹਿਬ ਨੇ ਲਿੱਤੀ ਨਹੀਂ, ਸਾਨੂੰ ਆਈ ਓ ਕੋਲ ਭੇਜਤਾ, ਆਈ ਓ ਤੋਂ ਬਾਹਰ ਕਿਸੇ ਹੋਰ ਕੋਲ ਭੇਜਤਾ, ਅਤੇ ਸਾਨੂੰ ਬਾਹਰ ਕੱਢ ਕੇ ਕਮਰਾ ਬੰਦ ਕਰ ਲਿਆ, ਜੋ ਕੰਪਲੇਂਟ ਹੀ ਤੁਹਾਡੇ ਕੋਲ ਹੈਗੀ ਤਾਂ ਫਿਰ ਕਮਰਾ ਬੰਦ ਕਿੱਥੋਂ ਹੋ ਗਿਆ? ਕੰਪਲੇਂਟ ਇਹ ਥਾਣੇ ਦੇ ਵਿੱਚ ਆ ਕੇ ASI ਨੂੰ ਕਹਿ ਰਹੇ ਸੀ ਵੀ ਤੁਸੀਂ ਇਸ ਸੰਬੰਧੀ ਬਾਈਟ ਦਿਓ ਸਾਨੂੰ, ਅਸੀਂ ਕੋਲ ਖੜ ਕੇ ਤੁਹਾਡੇ ਤੋਂ ਬਾਈਟ ਲੈਣੀ ਹੈ ਕਿ ਮੋਬਾਈਲ ਬਣਾ ਕੇ ਅਸੀਂ ਵੀਡੀਓ ਪਾਉਣੀ ਹੈਗੀ ਆ, ਉਹ ਸਾਡੇ IO ਆ ਜਿਹੜਾ ਇਸ ਬਾਰੇ ਨਹੀਂ ਦੇ ਸਕਦੇ, ਇਸ ਕਰਕੇ ਇਹਨਾਂ ਨੂੰ ਹਦਾਇਤ ਕੀਤੀ ਗਈ ਸੀ। ਪਰ ਇਹਨਾਂ ਨੇ ਬਾਹਰ ਥਾਣੇ ਦੇ ਅੰਦਰ ਹੀ ਆ ਕੇ ਬਾਉਂਡਰੀ ਦੇ ਵਿੱਚ ਆ ਕੇ ਉੱਥੇ ਇਹਨਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ, ਇਸ ਕਰਕੇ ਇਹਨਾਂ ਨੂੰ ਕਿਹਾ ਗਿਆ ਵੀ ਇੱਥੇ ਥਾਣੇ ਦੀ ਬਿਲਡਿੰਗ ਦੇ ਅੰਦਰ ਤੁਸੀਂ ਨਾਅਰੇਬਾਜ਼ੀ ਨਹੀਂ ਕਰ ਸਕਦੇ ਅਕੋਰਡਿੰਗ ਲਾ, ਅਤੇ ਇੱਥੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਕਿਉਂ ਸਿਕਿਉਰਿਟੀ ਸੰਬੰਧੀ ਇੱਕ ਪ੍ਰੈਸਕ੍ਰਿਪਸ਼ਨ ਹੈਗੀ ਆ, ਆਲਰੇਡੀ ਸਾਡੇ ਕੋਲ ਕੈਮਰੇ ਲੱਗੇ ਹੋਏ ਨੇ ਸਾਰੇ ਥਾਣੇ ਦੇ ਵਿੱਚ, ਅਤੇ ਇਸ ਕਰਕੇ ਇਹਨਾਂ ਨੂੰ ਕਿਹਾ, ਇਹਨਾਂ ਨੇ ਜਾਣਬੁੱਝ ਕੇ ਇਹ ਜਿਹੜਾ ਹੈਗਾ ਇੱਕ ਇਸ਼ੂ ਕ੍ਰੀਏਟ ਕਰ ਰਹੇ ਨੇ ਕਿ ਸਿਰਫ ਹੋਰ ਇਹਦੇ ਵਿੱਚ ਕੋਈ ਨਹੀਂ ਗਾ, ਮੈਟਰ ਨਹੀਂ ਗਾ। ਅਗਰ ਸਰ ਮੋਮੈਂਟਮ ਲੈ ਲਿੱਤਾ ਵੇ, ਧਰਨਾ ਕਿਉਂ ਲਗਾਤਾ ਇਹਨਾਂ ਨੇ ਬਾਹਰ, ਕੀ ਮੰਗ ਕੀ ਇਹਨਾਂ ਦੀ ਫਿਰ? ਹੁਣ ਇਹਨਾਂ ਦੀ ਕੋਈ ਮੰਗ ਨਹੀਂ, ਜਾਣਬੁੱਝ ਕੇ ਕੁਛ ਇਹੋ ਜਿਹੇ ਗਲਤ ਅਨਸਰ ਨੇ ਜਿਹੜੇ ਹੈਗੇ ਆ, ਇਹ ਜਿਹੜੇ ਹੈਗੇ ਆ ਉਹ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਅਤੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਨੇ, ਅਤੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਗੀ ਜਿਹੜੀ ਹੈਗੀ ਆ, ਵੀ ਜਿਹੜੇ ਇਹ ਬੋਲ ਰਹੇ ਨੇ, ਆਲਰੇਡੀ ਸਾਡੇ ਕੋਲ ਕੈਮਰੇ ਆ, ਹਰ ਚੀਜ਼ ਕੈਮਰੇ ਦੇ ਵਿੱਚ ਆ ਸਾਡੇ, ਜੋ ਐਲੀਗੇਸ਼ਨ ਆ ਰਹੇ ਬਿਲਕੁਲ ਝੂਠੇ ਅਤੇ ਬੇਬੁਨਿਆਦ ਨੇ। ਜੇ ਇਹਨਾਂ ਕੋਲ ਸੱਚਾਈ ਹੈਗੀ ਆ ਤਾਂ ਕੈਮਰੇ ਸਾਹਮਣੇ, ਆਲਰੇਡੀ ਸਾਡੇ ਕੋਲ ਕੈਮਰਾ ਹੈਗਾ, ਕੈਮਰੇ ਦੇ ਸਾਹਮਣੇ ਆ ਕੇ ਗੱਲ ਕਰਨ, ਅਸੀਂ ਸਾਡੇ ਕੋਲ CCTV ਫੁਟੇਜ ਆ ਹਰ ਚੀਜ਼ ਦੀ, ਉਸ ਦੇ ਵਿੱਚ ਹਰ ਚੀਜ਼ ਕਲੀਅਰ ਆ ਸਾਡੇ ਕੋਲ। ਤਾਂ ਸਿਰਫ ਇੱਕ ਇਹਨਾਂ ਦੇ ਵਿੱਚੋਂ ਕੈਮਰੇ ਅੰਦਰ ਵੀਡੀਓ ਬਣਾ ਰਿਹਾ ਸੀ ਥਾਣੇ ਦੇ ਅੰਦਰ ਲੋਕਅਪ ਦੇ ਕੋਲ ਦੀ, ਤੇ ਸਿਰਫ ਉਹਨੂੰ ਹਦਾਇਤ ਕੀਤੀ ਗਈ ਸੀ ਵੀ ਤੂੰ ਅੰਦਰ ਵੀਡੀਓ ਵਗੈਰਾ ਨਾ ਬਣਾਓ, ਆਲਰੇਡੀ ਹੀ ਆਲਰੇਡੀ ਕੈਮਰੇ ਸਾਡੇ ਲੱਗੇ ਹੋਏ ਨੇ। ਪੜਤਾਲ ਕੀਤੀ ਜਾਊਗੀ, ਜੋ ਵੀ ਮੁਕੱਦਮਾ ਹੋਊਗਾ ਪਹਿਲੇ ਤਫਤੀਸ਼ ਕੀਤੇ ਦਰਜ ਕੀਤਾ ਜਾਊ, ਜੋ ਇਹਨਾਂ ਨੇ ਮੋਰੈਂਡਮ ਦਿੱਤਾ ਹੋਊਗਾ, ਹਾਂ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਾਂਗੇ। ਬਿਲਕੁਲ, ਸਾਡੇ ਨਾਲ ਸੱਚੋ ਸੁਖਦੇਵ ਜੀ ਸਾਡੇ ਨਾਲ ਮੌਜੂਦ ਸੀਗੇ ਥਾਣਾ ਡਿਵੀਜ਼ਨ ਨੰਬਰ 7 ਦੇ, ਅਤੇ ਇਹਨਾਂ ਨੇ ਸਾਫ ਗੱਲ ਕੀਤੀ ਹੈ, ਅਗਰ ਸਾਡੇ ਮੈਨੂੰ ਮੋਮਰੈਂਡਮ ਦਿੱਤਾ ਗਿਆ ਤਾਂ ਤਫਤੀਸ਼ ਕੀਤੀ ਜਾਊਗੀ, ਲੇਕਿਨ ਜੋ ਧਰਨਾ ਜੋ ਲਗਾਇਆ ਗਿਆ ਸੀ, ਜੋ ਧਰਨਾ ਲਗਾਇਆ ਗਿਆ ਸੀਗਾ ਉਹ ਧਰਨਾ ਐਵੇਂ ਲਗਾਇਆ ਗਿਆ, ਮੈਂ ਕੰਪਲੇਂਟ ਲੈ ਲਿੱਤੀ ਗਈ ਹੈ, ਲੇਕਿਨ ਜੋ ਪੱਤਰਕਾਰ ਨੇ ਇਲਜ਼ਾਮ ਲਗਾਇਆ ਸੀ ਉਹ ਮੀਡੀਆ ਅੱਗੇ ਨਹੀਂ ਆਇਆ, ਅਤੇ ਉਹਦੇ ਕਹਿਣ ਦੇ ਮੁਤਾਬਕ ਮੈਂ ਕੋਈ ਐਕਸ਼ਨ ਵੀ ਨਹੀਂ ਲੈਣਾ, ਲੇਕਿਨ SO ਸਾਹਿਬ ਦਾ ਵੀ ਕਹਿਣਾ ਕਿ ਮੈਂ ਸਾਡੇ ਵੱਲੋਂ ਕਿਸੇ ਪੱਤਰਕਾਰ ਨਾਲ ਕੋਈ ਵੀ ਐਸਾ ਬਿਹੇਵੀਅਰ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦਈਏ, ਯੂਥ ਵੀ ਸਾਡੇ ਨਾਲ ਮੌਜੂਦ ਹੈ, ਕਿਸ ਤਰ੍ਹਾਂ ਦੇਖਦੇ ਹੋ ਕਿ ਹਰ ਵਾਰ ਸਿੰਗਰ ਜਿਹੜਾ ਗਾਣੇ ਗਾ ਦਿੰਦਾ ਵੈ ਸਨਾਤਨ ਧਰਮ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਉਂਦਾ ਵੈ, ਬਾਅਦ ਦੇ ਵਿੱਚ ਮਾਫੀਨਾਮਾ ਕਰ ਦਿੱਤਾ ਜਾਂਦਾ, ਫਿਰ ਉਸ ਤੋਂ ਬਾਅਦ ਛੁਟਕਾਰਾ ਦੇ ਦਿੱਤਾ ਜਾਂਦਾ ਕਿ ਗਾਣਾ ਵੀ ਬੜਾ ਚੱਲਦਾ ਪਿਆ ਸਮੇਂ, ਕਿੱਥੋਂ ਕੁੰਡਲੀ 'ਚ ਲਿਖਾ ਲਵਾਂ ਸੋਹਣੀ ਹੈ ਸ਼ਨੀ ਤਾਂ ਮੈਂ ਡੱਬ ਵਿੱਚ ਰੱਖਦਾ, ਫਿਰ ਕੀ ਮਤਲਬ ਹੋ ਗਿਆ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਪੱਤਰਕਾਰ ਹੋ, ਕਿਆ ਪ੍ਰੋਫਿਟ ਮੁਹੰਮਦ ਬਾਰੇ, ਕਿਆ ਪ੍ਰੋਫਿਟ ਜੀਸਸ ਬਾਰੇ, ਕੋਈ ਗੁਰੂ ਪੈਗੰਬਰ ਬਾਰੇ, ਕੋਈ ਪੀਰ ਪੈਗੰਬਰ ਬਾਰੇ, ਕਿਸੇ ਰਿਸ਼ੀ ਮੁਨੀ ਬਾਰੇ ਇੱਦਾਂ ਦੀ ਵਰਡਿੰਗ ਜੇ ਕਿਸੇ ਗਾਣੇ ਦੇ ਵਿੱਚ ਬੋਲੀ ਗਈ ਹੁੰਦੀ? ਅੱਜ 7 ਦਿਨ ਹੋ ਗਏ, ਕੰਪਲੇਂਟ ਦੇਣ ਦੀ ਕਿਸੇ ਨੂੰ ਲੋੜ ਪੈਣੀ ਸੀ? ਉਹਦੇ ਉੱਤੇ ਪਰਚਾ ਪ੍ਰਸ਼ਾਸਨ ਨੇ ਦੇ ਦੇਣਾ ਸੀ, ਪ੍ਰਸ਼ਾਸਨ ਨੇ ਆਪਣੇ ਬਿਹਾਫ 'ਤੇ ਪਰਚਾ ਦੇ ਕੇ ਉਹਨੂੰ ਹੁਣ ਚੱਕ ਕੇ ਜੇਲ੍ਹ 'ਚ ਸਿੱਟਿਆ ਹੋਣਾ ਸੀ। ਇਹ ਸਾਡੇ ਨਾਲ ਕਿਉਂ ਵਿਤਕਰਾ ਹੋ ਰਿਹਾ? ਦੱਸੋ, ਜੈ ਸ਼੍ਰੀ ਰਾਮ ਕਹਿਣਾ,
ਕੋਈ ਗੁਨਾਹ ਹੋ ਗਿਆ? ਅੱਤਵਾਦੀ ਹਾਂ ਅਸੀਂ ਨਾ, ਜੈ ਸ਼੍ਰੀ ਰਾਮ, ਸਾਡੇ ਪ੍ਰਭੂ ਹੈ ਈਸ਼ ਨੇ ਸ਼੍ਰੀ ਰਾਮ। ਤੇ ਬਸ ਇਹੀ ਤਾਂ ਅਸੀਂ ਉੱਥੇ ਕਿਹਾ, ਉੱਥੇ ਰਿਕਾਰਡਿੰਗ ਚੱਲਦੀ ਹੋਣੀ ਕੈਮਰਿਆਂ ਦੀ, ਉੱਥੇ ਪਤਾ ਕਰ ਲਓ ਤੁਸੀਂ। ਅਸੀਂ ਸਿਰਫ ਕੁਛ ਨਹੀਂ ਕਿਹਾ, ਕੰਪਲੇਂਟ ਦੇ ਕੇ ਅਸੀਂ ਵੇਟ ਕਰਦੇ ਰਹੇ ਹਾਂ। ਸਾਨੂੰ ਇਹੀ ਕਿਹਾ ਗਿਆ, ਨੰਬਰ ਲਗਾ ਰਹੇ, ਨੰਬਰ ਲਗਾ ਰਹੇ। ਅੱਧੇ ਪੌਣੇ ਘੰਟੇ ਬਾਅਦ ਕਿਸੇ ਸਾਡੇ ਸਾਥੀ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ, ਜੈ ਸ਼੍ਰੀ ਰਾਮ ਦੇ ਨਾਰੇ ਤੋਂ ਇੱਦਾਂ ਭੜਕੇ ਜਿਵੇਂ ਪਤਾ ਨਹੀਂ ਅਸੀਂ ਬੰਬ ਸਿੱਟ ਦਿੱਤਾ ਹੁੰਦਾ ਥਾਣੇ ਦੇ ਉੱਤੇ। ਵੀ ਮਤਲਬ ਸਾਡੇ ਨਾਲ ਇੰਨਾ ਵਿਤਕਰਾ ਹੈ ਇਹ? ਥਾਣੇ ਦੇ ਅੰਦਰ ਕੀਤਾ ਗਿਆ ਹੋਣਾ ਤੁਹਾਨੂੰ? ਦੇਖੋ, ਮੈਂ ਥਾਣਾ ਕਿ ਜੈ ਸ਼੍ਰੀ ਰਾਮ ਦਾ ਨਾ ਥਾਣਾ ਨਹੀਂ ਹੈਗਾ, ਜੈ ਸ਼੍ਰੀ ਰਾਮ। ਮੈਨੂੰ ਸਾਰੀ ਭੂਮੀ ਪ੍ਰਭੂ ਦੀ ਹੈ। ਮੈਨੂੰ ਇੱਕ ਗੱਲ ਦੱਸੋ, ਅਸੀਂ ਆਏ ਕਿਹਦੇ ਲਈ ਹਾਂ? ਅਸੀਂ ਕੋਈ ਫਾਇਦਾ ਆਪਣਾ ਪਰਸਨਲ ਲੈਣ ਆਏ ਹਾਂ? ਅਸੀਂ ਤਰੀਕਾ ਭੁਗਤਣੀਆਂ ਜਾ ਕੇ ਪੱਲੋ ਪੈਸੇ ਲਾਣੇ ਨੇ ਅਸੀਂ ਕੋਟਾ ਦੇ ਵਿੱਚ, ਅਤੇ ਇਹਨਾਂ ਨੂੰ ਪਰਚਾ ਦੇਣ 'ਚ ਹਰਜ ਕੀ ਹੈ? ਕਰਮ ਫਲਦਾਤਾ ਕਿਹਾ ਜਾਂਦਾ ਸ਼ਨੀਦੇਵ ਮਹਾਰਾਜ ਨੂੰ। ਜੇ ਉਹਨਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ ਤਾਂ ਹੋਰ ਕਿਤੇ ਨਾ ਹੋਣਾ। ਡੋਰੀ ਉੱਤੇ ਛੱਡ ਦਿਓ ਵੀ, ਡੋਰ ਇੱਦਾਂ ਕਿੱਦਾਂ ਛੱਡਦੀ? ਹੁਣ ਦੇਖੋ, ਦੇਖ ਕੇ ਕੋਈ ਮੱਖੀ ਆਪਣਾ ਪੀ ਲਵੇ? ਤੁਸੀਂ ਚਾਹ ਦੇ ਵਿੱਚ ਮੱਖੀ ਦੇਖੀ ਹੋਵੇ ਉਹ ਪੀ ਲਓਗੇ ਤੁਸੀਂ? ਅਸੀਂ ਆਪਣੇ ਵੱਲੋਂ ਕੋਸ਼ਿਸ਼ ਨਾ ਕਰੀਏ? ਲੇਕਿਨ ਕੋਸ਼ਿਸ਼ ਕਰੋ, ਸ਼ਨੀ ਮਹਾਰਾਜ ਦਾ ਦੇਖਦੇ ਪਏ ਨੇ, ਅਗਰ ਸ਼ਨੀ ਕੁੰਡਲੀ ਸੱਚੀ ਆ ਕੇ ਕਿਸੇ ਨੇ ਬਹਿ ਗਿਆ ਨਾ, ਫਿਰ ਉਹਨੂੰ ਪਤਾ ਪਾਪੜ ਕਿੱਦਾਂ ਵੇਲਣੇ ਪੈਂਦੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਿਸ਼ਾਲ ਜੀ, ਗੱਲ ਪਤਾ ਕੀ ਹੈ, ਅਸੀਂ ਪ੍ਰਸ਼ਾਸਨ ਕੋਲ ਨਾ ਜਾਈਏ? ਆ ਸਾਨੂੰ ਪ੍ਰਸ਼ਾਸਨ ਹੁਣ ਆਸ਼ਵਾਸਨ ਦੇਵੇ ਕਿ ਅਸੀਂ ਫੜ ਕੇ ਬੰਦਾ ਅੰਦਰ ਦਿੰਦੇ 295 'ਚ, ਕੱਲ੍ਹ ਜਮਾਨਤ ਹੋ ਜਾਏ, ਪਰਸੋਂ ਹੋ ਜਾਏ, ਉਹ ਜੁਡੀਸ਼ਰੀ ਨੇ ਦੇਖਣਾ। ਅਸੀਂ ਰਾਜ਼ੀਨਾਮਾ ਨਹੀਂ ਕਰਾਂਗੇ, ਇਹਦੀ ਗਰੰਟੀ ਅਸੀਂ ਲੈਂਦੇ ਹਾਂ। ਬਿਲਕੁਲ, ਪਹਿਲਾ ਨੌਜਵਾਨ ਮਿਲਿਆ ਕਿ ਸਹੀ ਗੱਲ ਕੀਤੀ ਹੈ ਕਿ ਧਰਮ ਦੇ ਨਾਲ ਮਜ਼ਾਕ ਨਹੀਂ ਸਿਆ ਜਾਊਗਾ, ਧਰਮ ਦੀ ਵਿਧ ਵੀ ਨਹੀਂ ਸਹੀ ਜਾਊਗੀ। ਅਗਰ ਪਰਚਾ ਦਰਜ ਹੁੰਦਾ ਤਾਂ ਜੁਡੀਸ਼ਲ ਜੱਜ ਸਾਹਿਬ ਜਿਹੜੀ ਹੈ ਉਹਦੀ ਜਮਾਨਤ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਹੁੰਦੀ, ਕਿਉਂਕਿ ਅਸੀਂ ਨਹੀਂ ਬੋਲ ਸਕਦੇ, ਕਿਉਂਕਿ ਅਸੀਂ ਸਤਿਕਾਰ ਕਰਦੇ ਜੱਜ ਸਾਹਿਬ ਦਾ। ਲੇਕਿਨ ਗੱਲ ਕੀਤੀ ਜਾਵੇ ਇਹਨਾਂ ਲੋਕ ਜਮਾਨਤ ਹੋ ਜਾਏ, ਲੇਕਿਨ ਜੋ ਕਾਰਵਾਈ ਅੱਗੇ ਚੱਲੇਗੀ ਅਸੀਂ ਮਾਫੀਨਾਮਾ ਨਹੀਂ ਕਰਾਂਗੇ। ਦੇਖਦੇ ਹਾਂ ਪਰਚਾ ਦਰਜ ਹੋਣ ਤੋਂ ਬਾਅਦ ਕਿ ਸੱਚ ਵਿੱਚ ਇਹ ਚੀਜ਼ ਕਾਬਲੇ ਨਿਕਲੇਗੀ ਕਿ ਨਹੀਂ ਨਿਕਲੇਗੀ, ਕੀ ਆ ਸਮਾਂ ਹੀ ਦੱਸੇਗਾ।